ਹੈਲੋ एवरीवन ਵੈਲਕਮ ਟੂ ਦਾ ਟੈਟ ਬਾਜ਼ਾਰ ਮੈਂ ਦੀਪਕ ਮੋਹਰ ਪੰਜਾਬ ਤੋਂ ਟੈਟ ਬਾਜ਼ਾਰ ਦੇ ਇਸ ਪਲੈਟਫਾਰਮ ਉਪਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਸਾਥੀਓ ਅੱਜ ਜਿਹੜਾ ਹੈ ਆਪਣਾ ਪੰਜਾਬੀ ਮਾਸਟਰ ਕੈਡਰ ਦੀ ਜੋ ਵੈਕੈਂਸੀ ਨਿਕਲੀ ਹੈ 534 ਉਸ ਦੇ ਨਾਲ ਸੰਬੰਧੀ ਜਿਹੜਾ ਹੈ ਆਪਣਾ ਜੀ ਦੂਜਾ ਦਿਨ ਹੈ ਪ੍ਰੈਕਟਿਸ ਸੈਟ ਆਪਾਂ ਲਗਾ ਰਹੇ ਹਾਂ ਐਮਸੀਕਿਊਜ਼ ਕਰ ਰਹੇ ਹਾਂ ਜੋ ਕਿ ਆਪਣੀ ਪੇਪਰ ਦੀ ਤਿਆਰੀ ਲਈ ਬਹੁਤ ਹੀ ਮਹੱਤਵਪੂਰਨ ਹਨ ਆਪਾਂ ਜਿਹੜਾ ਹੈ ਕੱਲ ਇਸ ਦਾ ਇੱਕ ਡੇ 1 ਲਗਾਇਆ ਸੀ ਤੇ ਅੱਜ ਜਿਹੜਾ ਆਪਾਂ ਉਸ ਦੇ ਦੂਸਰੇ ਦਿਨ ਵਿੱਚ ਜਾ ਰਹੇ ਹਾਂ ਜਿਸ ਦੇ ਵਿੱਚ ਆਪਾਂ 25 ਹੋਰ ਮਹੱਤਵਪੂਰਨ MCQ ਕਰਾਂਗੇ ਤਾਂ ਸੈਸ਼ਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਮੈਂ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਸ਼ੇਅਰ ਕਰ ਰਿਹਾ ਕਿ ਸਾਡੀ ਜਿਹੜੀ ਟਟ ਬਜ਼ਾਰ ਐਪ ਹੈ ਉਸ ਉੱਤੇ ETT ਦੀ ਜੋ ਅਪਕਮਿੰਗ ਵੈਕੈਂਸੀ ਹੈ 5994 ਜੋ ਆਉਣ ਵਾਲੀ ਹੈ ਤੇ ਮਾਸਟਰ ਕੈਡਰ ਦੀ ਜੋ 4161 ਵੈਕੈਂਸੀ ਨਿਕਲੀ ਹੈ ਆਊਟ ਹੋਈ ਹੈ ਤੇ PTI ਦੀ 2000 ਵੈਕੈਂਸੀ ਜੋ ਆਉਣ ਵਾਲੀ ਹੈ ਤੇ ਆਰਟ ਐਂਡ ਕ੍ਰਾਫਟ ਦੀ ਜੋ 250 ਵੈਕੈਂਸੀਜ਼ ਆ ਪੋਸਟਾਂ ਦੀ ਉਸ ਦੇ ਨਾਲ ਸੰਬੰਧੀ ਜਿਹੜਾ ਹੈ ਫੁੱਲ ਸਿਲੇਬਸ ਦੇ ਕੋਰਸ ਜਿਹੜੇ ਹਨ ਉਹ ਸਾਡੀ ਐਪ ਉੱਪਰ ਜਿਹੜੀਆਂ ਲਾਂਚ ਕਰ ਦਿੱਤੇ ਗਏ ਹਨ ਜਿਸ ਦੇ ਤੁਸੀਂ ਡੈਮੋ ਜਿਹੜੇ ਹਨ ਟੈਟ ਬਜ਼ਰ ਐਪ ਨੂੰ ਗੂਗਲ ਪਲੇ ਸਟੋਰ ਤੋਂ ਇੰਸਟਾਲ ਕਰਕੇ ਜਿਹੜਾ ਹੈ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਜਿਹੜਾ ਹੈ ਤੁਸੀਂ ਜੁਆਇਨ ਕਰ ਸਕਦੇ ਹੋ ਜੇਕਰ ਤੁਹਾਡੇ ਵਿੱਚ ਕੋਈ ਡਾਊਟਸ ਹੈ ਤਾਂ ਤੁਸੀਂ ਜਿਹੜਾ ਹੈ ਸਾਨੂੰ ਇਸ ਨੰਬਰ ਤੇ ਕਾਲ ਕਰਕੇ ਜਿਹੜਾ ਹੈ ਪੁੱਛ ਸਕਦੇ ਹੋ ਤੇ ਉਸ ਤੋਂ ਬਾਅਦ ਜਿਹੜਾ ਹੈ ਤੁਸੀਂ ਕੋਰਸ ਨੂੰ ਜੁਆਇਨ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਸਾਡੇ ਫ੍ਰੀ WhatsApp ਗਰੁੱਪ ਦਾ ਹਿੱਸਾ ਬੰਨਣਾ ਚਾਹੁੰਦੇ ਹੋ ਤਾਂ ਆਪਣਾ ਨੇਮ ਟਾਈਪ ਕਰੋ ਜਿਸ ਪੇਪਰ ਦੀ ਤੁਸੀਂ ਤਿਆਰੀ ਕਰ ਰਹੇ ਹੋ ਉਸ ਦਾ ਟਾਈਪ ਕਰੋ ਨਾਮ ਆਪਣਾ ਪਿੰਡ ਜਾਂ ਸ਼ਹਿਰ ਟਾਈਪ ਕਰੋ ਆਪਣਾ ਜੈਂਡਰ ਟਾਈਪ ਕਰਕੇ ਜਿਹੜਾ ਤੁਸੀਂ ਸਾਨੂੰ ਇਸ ਨੰਬਰ ਤੇ ਮੈਸੇਜ ਕਰੋ ਜਿਸ ਨਾਲ ਜਿਹੜਾ ਤੁਹਾਨੂੰ ਸਾਡੇ ਫ੍ਰੀ WhatsApp ਗਰੁੱਪ ਦਾ ਹਿੱਸਾ ਬਣਾ ਲਿਆ ਜਾਊਗਾ ਜਿਸ ਨਾਲ ਜੋ ਵੀ ਲੇਟੈਸਟ ਇਨਫੋਰਮੇਸ਼ਨਸ ਹੁੰਦੀਆਂ ਹਨ ਉਹ ਤੁਹਾਨੂੰ ਸਮੇਂ-ਸਮੇਂ ਤੇ ਮਿਲਦੀਆਂ ਰਹਿਣਗੀਆਂ ਤਾਂ ਅੱਜ ਦਾ ਆਪਣਾ ਪਹਿਲਾ ਪ੍ਰਸ਼ਨ ਹੈ 1954 ਵਿੱਚ ਲੋਕ ਸਾਹਿਤ ਨਾਮ ਦਾ ਮਾਸਿਕ ਪੱਤਰ ਕਿਸ ਨੇ ਕੱਢਿਆ ਲੋਕ ਸਾਹਿਤ ਨਾਮ ਦਾ ਮਾਸਿਕ ਪੱਤਰ ਜਾਨੀ ਕਿ ਜੋ ਮਹੀਨੇ ਬਾਅਦ ਆਂਦਾ ਸੀਗਾ ਕਿਸ ਸ਼ਖਸੀਅਤ ਨੇ ਕੱਢਿਆ ਸੀਗਾ ਪਹਿਲੀ ਆਪਸ਼ਨ ਹੈ ਆਪਣੇ ਕੋਲ ਗਿਆਨੀ ਦਿੱਤ ਸਿੰਘ ਜੀ ਦੂਜੀ ਆਪਸ਼ਨ ਹੈ ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ ਤੀਜੀ ਆਪਸ਼ਨ ਹੈ ਹੀਰਾ ਸਿੰਘ ਦਲਦ ਜੀ ਚੌਥੀ ਆਪਸ਼ਨ ਹੈ ਨਾਨਕ ਸਿੰਘ ਤਾਂ ਜਿਹੜਾ ਇਹ ਲੋਕ ਸਾਹਿਤ ਨਾਮ ਦਾ ਮਾਸਿਕ ਪੱਤਰ ਕੱਢਿਆ ਸੀਗਾ ਇਹ 1954 ਵਿੱਚ ਨਾਨਕ ਸਿੰਘ ਨੇ ਕੱਢਿਆ ਸੀਗਾ ਤਾਂ ਡੀ ਆਪਸ਼ਨ ਜਿਹੜਾ ਹੈ ਇੱਥੇ ਆਪਣਾ ਐਕਸਪਲੇਸ਼ਨ ਦਾ ਰਾਈਟ ਆਨਸਰ ਹੋਏਗਾ ਨਾਨਕ ਸਿੰਘ ਦੁਆਰਾ ਇਹ ਪੱਤਰ ਕੱਢਿਆ ਗਿਆ ਸੀਗਾ ਅੱਗੇ ਆ ਦੀ ਪ੍ਰਸ਼ਨ ਨੰਬਰ 2 ਬਾਬਾ ਫਰੀਦ ਜੀ ਦਾ ਜਨਮ ਕਦੋਂ ਹੋਇਆ ਹੁਣ ਇੱਥੇ ਸਨ ਨਹੀਂ ਦਿੱਤਾ ਗਿਆ ਇੱਥੇ ਹਿਜਰੀ ਸੰਮਤ ਵਿੱਚ ਪੁੱਛਿਆ ਗਿਆ ਹੈ ਤਾਂ ਪਹਿਲੀ ਆਪਸ਼ਨ ਹੈ ਆਪਣੇ ਕੋਲ 568 ਹਿਜਰੀ ਦੂਜਾ ਹੈ ਜੀ 569 ਹਿਜਰੀ ਤੀਜਾ ਆਪਸ਼ਨ ਹੈ 570 ਹਿਜਰੀ ਚੌਥਾ ਆਪਸ਼ਨ ਹੈ 571 ਹਿਜਰੀ ਜਦੋਂ ਆਪਾਂ ਬਾਬਾ ਫਰੀਦ ਜੀ ਦੇ ਜਨਮ ਦੀ ਗੱਲ ਕਰਦੇ ਹਾਂ ਸਨ ਵਿੱਚ ਤਾਂ 1173 ਤੋਂ ਲੈ ਕੇ 1264 ਇਸਵੀ ਤੱਕ ਉਹਨਾਂ ਦਾ ਜਿਹੜਾ ਹੈ ਜੀਵਨ ਕਾਲ ਮੰਨਦੇ ਹਾਂ ਜੀਵਨ ਕਾਲ ਉਹਨਾਂ ਦਾ ਹੈ ਪਰੰਤੂ ਇਹ ਜਿਹੜਾ ਹੈ ਆਪਾਂ ਅੰਗਰੇਜ਼ੀ ਕੈਲੰਡਰ ਦੇ ਮੁਤਾਬਿਕ ਚੱਲਨੇ ਆ ਜਦੋਂ ਹਿਜਰੀ ਸੰਮਤ ਯਾਨੀ ਕਿ ਜੋ ਮੁਸਲਮਾਨਾਂ ਦਾ ਆਪਣਾ ਸੰਮਤ ਹੈ ਉਸ ਦੇ ਮੁਤਾਬਿਕ ਚੱਲਦੇ ਆ ਤਾਂ ਜਦੋਂ ਆਪਾਂ 1173 ਦੀ ਜਗ੍ਹਾ ਤੇ 569 ਮਾਈਨਸ ਕਰਾਂਗੇ ਤਾਂ ਲਗਭਗ ਸਾਥੀਓ ਜਿਹੜਾ ਹੈ ਇਹਦੇ ਵਿੱਚੋਂ ਆਪਾਂ ਨੂੰ 5 600 ਸਾਲ ਦਾ ਜਿਹੜਾ ਹੈ 604 ਸਾਲ ਦਾ ਡਿਫਰੈਂਸ ਜਿਹੜਾ ਹੈ ਦੇਖਣ ਨੂੰ ਮਿਲਦਾ ਹੈ ਕਿੰਨੇ ਸਾਲ ਦਾ 604 ਸਾਲ ਦਾ ਤਾਂ 569 ਹਿਜਰੀ ਜਿਹੜਾ ਹੈ ਇਸ ਦਾ ਰਾਈਟ ਆਨਸਰ ਬਣਦਾ ਹੈ ਤਾਂ 604 ਸਾਲ ਦਾ ਜਿਹੜਾ ਹੈ ਅੰਤਰ ਆਪਣੇ ਕੋਲ ਆ ਰਿਹਾ ਹੈ ਇਜਦੀ ਸੰਮਤ ਦੇ ਮੁਤਾਬਿਕ ਅੱਜ ਦੇ ਕੈਲੰਡਰ ਤੇ ਇਸ ਹਿਜਰੀ ਕੈਲੰਡਰ ਦੇ ਮੁਤਾਬਿਕ 604 ਸਾਲ ਦਾ ਫਰਕ ਹੈ ਅੱਗੇ ਹੈ ਜੀ ਪ੍ਰਸ਼ਨ ਨੰਬਰ 3 ਗੁਰਬਖਸ਼ ਸਿੰਘ ਪ੍ਰੀਤ ਲੜੀ ਨੂੰ 1971 ਵਿੱਚ ਕਿਹੜਾ ਸਨਮਾਨ ਮਿਲਿਆ ਸੀ ਪਹਿਲੀ ਆਪਸ਼ਨ ਹੈ ਅਭਿਨੰਦਨ ਗ੍ਰੰਥ ਦੂਜੀ ਆਪਸ਼ਨ ਹੈ ਲਾਈਫ ਫੈਲੋਸ਼ਿਪ ਤੀਜੀ ਆਪਸ਼ਨ ਹੈ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਤੇ ਚੌਥੀ ਆਪਸ਼ਨ ਹੈ ਸੋਵੀਅਤ ਨਹਿਰੂ ਪੁਰਸਕਾਰ ਤਾਂ 1971 ਵੀ ਜਿਹੜਾ ਹੈ ਸੋਵੀਅਤ ਨਹਿਰੂ ਪੁਰਸਕਾਰ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀਗਾ ਤਾਂ ਡੀ ਆਪਸ਼ਨ ਜਿਹੜਾ ਹੈ ਇੱਥੇ ਆਪਣਾ ਰਾਈਟ ਆਨਸਰ ਆਏਗਾ ਜੀ ਸੋਵੀਅਤ ਨਹਿਰੂ ਪੁਰਸਕਾਰ ਅੱਗੇ ਗੱਲ ਕਰਦੇ ਆ ਜੀ ਪ੍ਰਸ਼ਨ ਨੰਬਰ 4 ਦੀ ਆਪਾਂ ਪੰਜਾਬੀ ਦੀ ਪੱਗ ਕਿਸ ਨੂੰ ਕਿਹਾ ਜਾਂਦਾ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈ ਪੰਜਾਬੀ ਦੀ ਪੱਗ ਪਹਿਲੀ ਆਪਸ਼ਨ ਹੈ ਜਸਵੰਤ ਸਿੰਘ ਕੰਵਲ ਦੂਜੀ ਆਪਸ਼ਨ ਹੈ ਪ੍ਰਿੰਸੀਪਲ ਤੇਜਾ ਸਿੰਘ ਤੀਜੀ ਆਪਸ਼ਨ ਹੈ ਗੁਰਦਿਆਲ ਸਿੰਘ ਚੌਥੀ ਆਪਸ਼ਨ ਹੈ ਗੁਰਬਖਸ਼ ਸਿੰਘ ਪ੍ਰੀਤ ਲੜੀ ਤਾਂ ਪੰਜਾਬੀ ਦੀ ਪੱਗ ਜਿਹੜਾ ਹੈ ਇਹ ਟੈਗ ਦਿੱਤਾ ਗਿਆ ਸੀਗਾ ਇਹ ਟੈਗ ਜਸਵੰਤ ਸਿੰਘ ਕਵਲ ਜੋ ਕਿ ਪੰਜਾਬੀ ਦੇ ਬਹੁਤ ਹੀ ਪ੍ਰਸਿੱਧ ਨਾਵਲਕਾਰ ਹੋਏ ਹਨ ਜਿਨ੍ਹਾਂ ਦਾ ਇੱਕ ਇਤਿਹਾਸਿਕ ਨਾਵਲ ਤੁਸ਼ਾਲੀ ਦੀ ਹੰਸੋ ਜਿਹੜਾ ਹੈ ਬਹੁਤ ਜ਼ਿਆਦਾ ਪ੍ਰਸਿੱਧ ਹੋਇਆ ਹੈ ਪੰਜਾਬੀ ਦੀ ਪਾਗ ਦਾ ਜਿਹੜਾ ਟੈਗ ਹੈ ਜਿਹੜਾ ਪੰਜਾਬੀ ਦੀ ਪਾਗ ਦੀ ਉਪਾਧੀ ਹੈ ਉਹ ਜਸਵੰਤ ਸਿੰਘ ਕਮਲ ਜੀ ਨੂੰ ਦਿੱਤੀ ਗਈ ਹੈ ਤਾਂ ਇਹ অপਸ਼ਨ ਜਿਹੜਾ ਹੈ ਇੱਥੇ ਆਪਣਾ ਰਾਈਟ ਆਨਸਰ ਆਏਗਾ ਅੱਗੇ ਆ ਦੀ ਪ੍ਰਸ਼ਨ ਨੰਬਰ 5 ਤੇਜਕੋਰ 1934 ਕਹਾਣੀ ਕਿਸ ਦੀ ਰਚਨਾ ਹੈ ਉਹਨੂੰ ਦੇਖੋ ਤੇਜਕੋਰ ਇੱਕ ਕਹਾਣੀ ਹੈ ਜੋ ਕਿ 1934 ਵਿੱਚ ਆਈ ਸੀ ਲਿਖੀ ਗਈ ਸੀ ਪ੍ਰਕਾਸ਼ਿਤ ਹੋਈ ਸੀ ਤਾਂ ਇਹ ਕਿਸ ਦੀ ਰਚਨਾ ਹੈ ਪਹਿਲੀ ਆਪਸ਼ਨ ਹੈ ਆਪਣੇ ਕੋਲ ਬਲਵੰਤ ਗਾਰਗੀ ਜੋ ਕਿ ਪੰਜਾਬੀ ਦੇ ਇਕਾਂਗੀਕਾਰ ਤੇ ਨਾਟਕਕਾਰ ਹਨ ਨੋਰਾ ਰੀਚਰਡ ਜੋ ਕਿ ਪੰਜਾਬੀ ਨਾਟਕ ਦੀ ਨੁਕੜਦਾਰੀ ਕਿਹਾ ਜਾਂਦਾ ਹੈ ਆਈਸੀ ਨੰਦਾ ਜੋ ਕਿ ਪੰਜਾਬੀ ਨਾਟਕ ਦਾ ਪਿਤਾਮਾ ਮੰਨਿਆ ਜਾਂਦਾ ਹੈ ਤੇ ਚੌਥੀ ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਵੀ ਨਹੀਂ ਤਾ ਜੋ ਸਹੀ ਆਨਸਰ ਆਏਗਾ ਇਸ ਦਾ ਸੀ ਆਪਸ਼ਨ ਆਏਗਾ ਆਈਸੀ ਨੰਦਾ ਜਿਹੜਾ ਸੀਗਾ ਪੰਜਾਬੀ ਦਾ ਨਾਟਕਕਾਰ ਹੈ ਇਕਾਂਗੀਕਾਰ ਹੈ ਉਸ ਦੇ ਦੁਆਰਾ ਇੱਕ ਕਹਾਣੀ ਲਿਖੀ ਗਈ ਸੀਗੀ ਜੇਕਰ ਆਪਾਂ ਆਈਸੀ ਨੰਦੇ ਦੇ ਜੀਵਨ ਦੀ ਗੱਲ ਕਰੀਏ 1892 ਤੋਂ ਲੈ ਕੇ 1965 ਤੱਕ ਜਿਹੜਾ ਹੈ ਇਹਨਾਂ ਦਾ ਜੀਵਨ ਕਾਲ ਚੱਲਦਾ ਹੈ ਇਹਨਾਂ ਨੇ ਚਾਰ ਨਾਟਕਾਂ ਦੀ ਰਚਨਾ ਕੀਤੀ ਤੇ ਤਿੰਨ ਇਕਾਂਗੀ ਸੰਗ੍ਰਹਿ ਜਿਹੜੇ ਹਨ ਇਹਨਾਂ ਨੇ ਲਿਖੇ ਸੀਗੇ ਠੀਕ ਹੈ ਜੀ ਤਾਂ ਇਹ ਇਹਨਾਂ ਦੇ ਜੀਵਨ ਬਾਰੇ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਇੱਕ ਕਹਾਣੀ ਜਿਹੜੀ ਹੈ ਇਹਨਾਂ ਦੀ ਲਿਖੀ ਹੋਈ ਮਿਲਦੀ ਹੈ ਜਿਸ ਦਾ ਨਾਮ ਹੈ ਤੇਜਕੋਰ ਅੱਗੇ ਹੈ ਜੀ ਪ੍ਰਸ਼ਨ ਨੰਬਰ 6 ਨਾਨਕ ਸਿੰਘ ਦਾ ਆਖਰੀ ਨਾਵਲ ਕਿਹੜਾ ਹੈ ਨਾਨਕ ਸਿੰਘ ਦਾ ਆਖਰੀ ਨਾਵਲ ਪੁੱਛਿਆ ਗਿਆ ਹੈ ਇੱਥੇ ਸੁਪਨਿਆਂ ਦੀ ਕਬਰ ਦੂਜੀ ਆਪਸ਼ਨ ਹੈ ਟੁੱਟੇ ਖੰਭ ਤੀਜੀ ਆਪਸ਼ਨ ਹੈ ਗगन ਦਮਾਮਿਆ ਬਾਜੋ ਤੇ ਚੌਥੀ ਆਪਸ਼ਨ ਹੈ ਸੁਮਨ ਕਾਂਤਾ ਚਾਰ ਜਿਹੜੇ ਨੇ ਇਹਨਾਂ ਦੇ ਨਾਟਕ ਦਿੱਤੇ ਗਏ ਨੇ ਆਪਾਂ ਨੂੰ ਪਰੰਤੂ ਇੱਥੇ ਪੁੱਛਿਆ ਗਿਆ ਵੀ ਆਖਰੀ ਨਾਵਲ ਕਿਹੜਾ ਹੈ ਤਾਂ ਇਸ ਦਾ ਜੋ ਸਹੀ ਆਨਸਰ ਆਏਗਾ ਸੀ ਆਪਸ਼ਨ ਆਏਗਾ ਗਗਨ ਦਮਾਮਿਆ ਬਾਜੋ ਤੁਸੀਂ ਜਿਹੜਾ ਹੈ ਇਸ ਦਾ ਆਖਰੀ ਨਾਵਲ ਦਾ ਸਨ ਦੱਸਣਾ ਹੈ ਤੁਸੀਂ ਇਸ ਦਾ ਜਿਹੜਾ ਉੱਤਰ ਹੈ ਮੈਨੂੰ ਆਪਣੇ ਕਮੈਂਟ ਬਾਕਸ ਵਿੱਚ ਦਿਓਗੇ ਕਿ ਇਸ ਨਾਵਲ ਦਾ ਆਖਰੀ ਸਾਲ ਕਿਹੜਾ ਸੀਗਾ ਕਿਹੜੇ ਸਾਲ ਵਿੱਚ ਇਹਨੂੰ ਪ੍ਰਕਾਸ਼ਿਤ ਕੀਤਾ ਗਿਆ ਸੀਗਾ ਗਗਨ ਦਮਾਮਿਆ ਬਾਜੋ ਅੱਗੇ ਆ ਜੀ ਪ੍ਰਸ਼ਨ ਨੰਬਰ 7 ਸ਼ੋਭਾ ਸ਼ਕਤੀ ਨਾਟਕ ਕਦੋਂ ਪ੍ਰਕਾਸ਼ਿਤ ਹੋਇਆ ਸ਼ੋਭਾ ਸ਼ਕਤੀ ਜਿਹੜਾ ਇਹ ਵਾਲਾ ਨਾਟਕ ਸੀਗਾ ਇਹ ਨਾਟਕ ਜਿਹੜਾ ਹੈ ਹਰਚਰਨ ਸਿੰਘ ਦਾ ਲਿਖਿਆ ਹੋਇਆ ਨਾਟਕ ਹੈ ਸ਼ੋਭਾ ਸ਼ਕਤੀ ਹਰਚਰਨ ਸਿੰਘ ਜੀ ਦਾ ਤਾਂ ਪਹਿਲੀ ਆਪਸ਼ਨ ਹੈ 1937 ਵਿੱਚ ਦੂਜੀ ਆਪਸ਼ਨ ਹੈ 1968 ਵਿੱਚ ਤੀਜੀ ਆਪਸ਼ਨ ਹੈ 1961 ਵਿੱਚ ਚੌਥੀ ਆਪਸ਼ਨ ਹੈ 1969 ਵਿੱਚ ਤਾਂ ਜਿਹੜਾ ਇਹ ਸ਼ੋਭਾ ਸ਼ਕਤੀ ਨਾਟਕ ਹੈ ਇਹ ਹ ਚਰਨ ਸਿੰਘ ਦਾ 1961 ਵਿੱਚ ਪ੍ਰਕਾਸ਼ਿਤ ਹੋਇਆ ਨਾਟਕ ਹੈ ਤਾਂ ਇਸ ਦਾ ਸੀ ਆਪਸ਼ਨ ਜਿਹੜਾ ਹੈ ਆਪਣਾ ਰਾਈਟ ਆਨਸਰ ਬਣੇਗਾ ਜੀ ਅੱਗੇ ਆ ਦੀ ਪ੍ਰਸ਼ਨ ਨੰਬਰ 8 ਸੁਖਮ ਵਿਅੰਗ ਦੀ ਸਹਿਜ ਵਿਧੀ ਨਾਲ ਵਾਰਤਕ ਲਿਖਣਾ ਕਿਸ ਦਾ ਕੰਮ ਹੈ ਉਹਨੇ ਤੇ ਵਾਰਤਕਕਾਰ ਨਾਲ ਸੰਬੰਧਿਤ ਜਿਹੜਾ ਹੈ ਪ੍ਰਸ਼ਨ ਪੁੱਛਿਆ ਗਿਆ ਹੈ ਤਾਂ ਚਾਰੋਂ ਹੀ ਵਾਰਤਕਕਾਰ ਨੇ ਸੁਖਮ ਵਿਅੰਗ ਵਿਅੰਗ ਵੀ ਢੰਗ ਨਾਲ ਕੋਣ ਵਾਰਤਕ ਲਿਖਦਾ ਹੈ ਪਹਿਲੀ ਆਪਸ਼ਨ ਹੈ ਆਪਣੇ ਕੋਲ ਲਾਲ ਸਿੰਘ ਕਮਲਾਕਾਲੀ ਦੂਜੀ ਆਪਸ਼ਨ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਤੀਜੀ ਆਪਸ਼ਨ ਹੈ ਬਲਰਾਜ ਸਾਨੀ ਚੌਥੀ ਆਪਸ਼ਨ ਹੈ ਪੰਡਿਤ ਸਰਦਾਰਾਮ ਫਿਲੋਰੀ ਜੀ ਤਾਂ ਇਸ ਦਾ ਜੋ ਸਹੀ ਆਨਸਰ ਆਏਗਾ ਆਪਸ਼ਨ ਨੰਬਰ ਸੀ ਬਲਰਾਜ ਸਾਨੀ ਜਿਹੜੇ ਸੀਗੇ ਉਹ ਸੁਖਮ ਵਿਅੰਗ ਯਾਨੀ ਕਿ ਬਹੁਤ ਹੀ ਗਹਿਰਾਈ ਵਿੱਚ ਜਾ ਕੇ ਜਿਹੜਾ ਹੈ ਵਿਅੰਗ ਨਾਲ ਜਿਹੜਾ ਹੈ ਇਸ ਵਿਧੀ ਨਾਲ ਜਿਹੜਾ ਹੈ ਵਾਰਤਕ ਨੂੰ ਲਿਖਦੇ ਸੀਗੇ ਸੀ ਆਪਸ਼ਨ ਜਿਹੜਾ ਹੈ ਇਹ ਤੇ ਆਪਣਾ ਰਾਈਟ ਆਨਸਰ ਹੈ ਜੀ ਅੱਗੇ ਹੈ ਜੀ ਪ੍ਰਸ਼ਨ ਨੰਬਰ 9 ਜਸਵੰਤ ਸਿੰਘ ਕਮਲ ਦਾ ਨਾਵਲ ਪੂਰਨ ਮਾਸੀ ਕਦੋਂ ਪ੍ਰਕਾਸ਼ਿਤ ਹੋਇਆ ਸੀਗਾ ਹੁਣ ਪੂਰਨ ਮਾਸੀ ਨਾਵਲ ਜਿਹੜਾ ਹੈ ਕਦੋਂ ਪ੍ਰਕਾਸ਼ਿਤ ਹੋਇਆ ਸੀਗਾ ਵੈਸੇ ਜੇਕਰ ਆਪਾਂ ਪਿਛਲੇ ਮਾਸਟਰ ਕੈਡਰ ਦੀ ਗੱਲ ਕਰੀਏ ਤਾਂ ਪਿਛਲੇ ਮਾਸਟਰ ਕੈਡਰ ਵਿੱਚ ਜਿਹੜਾ ਹੈ ਜਸਵੰਤ ਸਿੰਘ ਕਮਲ ਦਾ ਤੋਸ਼ਾਲੀ ਦੀ ਹੰਸੋ ਨਾਵਲ ਨਾਲ ਸੰਬੰਧਿਤ ਪ੍ਰਸ਼ਨ ਪੁੱਛਿਆ ਜਾ ਚੁੱਕਿਆ ਹੈ ਪਰੰਤੂ ਇੱਥੇ ਆਪਣੇ ਕੋਲ ਜਿਹੜਾ ਕੁਐਸਚਨ ਹੈ ਆਪਣਾ ਅੱਜ ਦਾ ਕਿ ਪੂਰਨ ਮਾਸ਼ੀ ਨਾਵਲ ਕਦੋਂ ਪ੍ਰਕਾਸ਼ਿਤ ਹੋਇਆ ਤਾਂ ਪਹਿਲੀ ਆਪਸ਼ਨ ਹੈ 1944 ਵਿੱਚ ਦੂਜੀ ਆਪਸ਼ਨ ਹੈ 1975 ਵਿੱਚ ਤੀਜੀ ਆਪਸ਼ਨ ਹੈ 1949 ਵਿੱਚ ਤੇ ਚੌਥੀ ਆਪਸ਼ਨ ਹੈ 1959 ਵਿੱਚ ਤਾਂ ਇਸ ਦਾ ਜੋ ਸਹੀ ਉੱਤਰ ਆਏਗਾ ਆਪਣੇ ਕੋਲ ਜੀ ਉਹ ਆਏਗਾ ਸੀ ਆਪਸ਼ਨ 1949 ਵਿੱਚ ਜਿਹੜਾ ਹੈ ਇਹ ਨਾਵਲ ਪ੍ਰਕਾਸ਼ਿਤ ਹੋਇਆ ਸੀਗਾ ਅੱਗੇ ਆ ਜੀ ਮੋਹਨ ਭੰਡਾਰੀ ਦੇ ਕਹਾਣੀ ਅਨੁਭਵ ਦਾ ਮੂਲ ਕੌਣ ਹੈ ਮਤਲਬ ਹੁੰਦਾ ਜਿਹੜਾ ਕਹਾਣੀ ਲਿਖਦਾ ਹੈ ਮੋਹਨ ਭੰਡਾਰੀ ਜੋ ਕਿ ਪੰਜਾਬੀ ਦਾ ਇੱਕ ਪ੍ਰਸਿੱਧ ਕਹਾਣੀਕਾਰ ਹੈ ਉਸ ਦੇ ਕਹਾਣੀ ਅਨੁਭਵ ਦਾ ਮੂਲ ਕੌਣ ਹੈ ਕੌਣ ਇਹਦੇ ਵਿੱਚ ਮਿਲਦਾ ਹੈ ਆਪਾਂ ਨੂੰ ਸਮਾਜ ਦਾ ਅੰਤਰੀਵ ਦਰਦ ਅੰਤਰੀਵ ਮਤਲਬ ਸਮਾਜ ਦਾ ਅੰਦਰਲਾ ਦਰਦ ਪਿਆਰ ਦਾ ਅੰਤਰੀਵ ਦਰਦ ਮਨੁੱਖ ਦਾ ਅੰਤਰੀਵ ਦਰਦ ਜਾਂ ਫਿਰ ਉਸ ਦਾ ਆਪਣਾ ਖੁਦ ਦਾ ਅੰਤਰੀਵ ਦਰਦ ਤਾਂ ਮੋਹਨ ਭੰਡਾਰੀ ਦੇ ਅਨੁਭਵ ਦੇ ਮੂਲ ਵਿੱਚ ਜਿਹੜਾ ਹੈ ਉਹ ਆਂਦਾ ਹੈ ਮਨੁੱਖ ਦਾ ਯਾਨੀ ਕਿ ਜਿਹੜਾ ਸਮਾਜ ਦਾ ਮਨੁੱਖ ਹੈ ਉਸ ਦਾ ਜੋ ਅੰਦਰਲਾ ਦੰਦ ਹੈ ਉਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸੀ ਆਪਸ਼ਨ ਜਿਹੜਾ ਹੈ ਇੱਥੇ ਆਪਣਾ ਰਾਈਟ ਆਨਸਰ ਆਏਗਾ ਮਨੁੱਖ ਦਾ ਅੰਦਰਲਾ ਦੰਦ ਜਿਹੜਾ ਹੈ ਉਸ ਨੇ ਪੇਸ਼ ਕੀਤਾ ਹੈ ਨੈਕਸਟ ਹੈ ਜੀ ਕੁਐਸਚਨ ਨੰਬਰ 11 ਆਧੁਨਿਕ ਪੰਜਾਬੀ ਦਾ ਨਵ ਰਹਾਸਵਾਦੀ ਕਵੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਨਵ ਰਹਾਸਵਾਦੀ ਪਹਿਲੀ অপਸ਼ਨ ਹੈ ਪ੍ਰੀਤਮ ਸਿੰਘ ਸਫੀਰ ਦੂਜੀ অপਸ਼ਨ ਹੈ ਡਾਕਟਰ ਜਸਵੰਤ ਸਿੰਘ ਨੇਕੀ ਚੋ ਤੀਜੀ অপਸ਼ਨ ਹੈ ਭਾਈ ਵੀਰ ਸਿੰਘ ਤੇ ਚੌਥੀ অপਸ਼ਨ ਹੈ ਤੀਜੀ অপਸ਼ਨ ਹੈ ਮੋਹਨ ਸਿੰਘ ਚੌਥੀ অপਸ਼ਨ ਹੈ ਭਾਈ ਵੀਰ ਸਿੰਘ ਜੀ ਹੁਣ ਦੇਖੋ ਜੇਕਰ ਆਪਾਂ ਗੱਲ ਕਰੀਏ ਜਸਵੰਤ ਸਿੰਘ ਨੇਕੀ ਜਿਹੜਾ ਸੀਗਾ ਉਹ ਮਨੋਵਿਗਿਆਨਿਕ ਪਰਵਿਰਤੀ ਵਾਲਾ ਕਵੀ ਮੰਨਿਆ ਜਾਂਦਾ ਹੈ ਠੀਕ ਹੈ ਜੀ ਮੋਹਨ ਸਿੰਘ ਜਿਹੜੇ ਸੀਗੇ ਉਹਨਾਂ ਨੂੰ ਰੂਮਾਂਸਵਾਦੀ ਪ੍ਰਵਿਰਤੀ ਵਿੱਚ ਦੇਖਿਆ ਜਾਂਦਾ ਹੈ। ਪ੍ਰੀਤਮ ਸਿੰਘ ਸਫੀਰ ਜਿਹੜੇ ਸੀਗੇ ਬੋਧਿਕ ਰਹਾਸਵਾਦੀ ਵਿੱਚ ਆਉਂਦੇ ਆ। ਤਾਂ ਨਵ ਰਹਾਸਵਾਦੀ ਵਿੱਚ ਜਿਹੜਾ ਇਸ ਦਾ ਰਾਈਟ ਆਨਸਰ ਆਏਗਾ ਆਪਣੇ ਕੋਲ ਉਹ ਆਏਗਾ ਜੀ ਡੀ ਆਪਸ਼ਨ ਭਾਈ ਵੀਰ ਸਿੰਘ। ਜੇਕਰ ਪੇਪਰ ਵਿੱਚ ਆਪਾਂ ਨੂੰ ਪੁੱਛਿਆ ਜਾਏ ਰਹਾਸਵਾਦੀ ਤੇ ਨਵ ਰਹਾਸਵਾਦੀ ਤਾਂ ਭਾਈ ਵੀਰ ਸਿੰਘ ਜਿਹੜੇ ਸੀਗੇ ਦੋਨਾਂ ਵਿੱਚ ਜਾਂਦੇ ਆ। ਰਹਾਸਵਾਦ ਜਿਹੜਾ ਹੈ ਇਹ ਭਾਈ ਵੀਰ ਸਿੰਘ ਦੀ ਕਵਿਤਾ ਦਾ ਇੱਕ ਨਵੇਕਲਾ ਜ ਆਪਾਂ ਕਹਿ ਸਕਦੇ ਹਾਂ ਅਨਿਖੜਵਾ ਆਂਗਾ ਉਹਨਾਂ ਦੀ ਕਵਿਤਾ ਦਾ। ਪਰੰਤੂ ਉਸ ਰਹਾਸਵਾਦ ਨੂੰ ਹੋਰ ਨਵੇਂ ਤਰੀਕੇ ਨਾਲ ਜਿਹੜਾ ਹੈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਕਰਕੇ ਇਸ ਨੂੰ ਆਪਾਂ ਨਵ ਰਹਾਸਵਾਦ ਦੇ ਵਜੋਂ ਵੀ ਜਾਣਦੇ ਹਾਂ ਤਾਂ ਡੀ ਆਪਸ਼ਨ ਵਾਲਾ ਆਪਾਂ ਇੱਥੇ ਜਾਵਾਂਗੇ ਬਾਈਬੀ ਸਿੰਘ ਜੀ ਨਾਲ ਅੱਗੇ ਆ ਜੀ ਪ੍ਰਸ਼ਨ ਨੰਬਰ 12 ਨੋਰਾ ਰਿਚਰਡਸ ਲਾਹੌਰ ਕਦੋਂ ਆਈ ਨੋਰਾ ਰਿਚਰਡ ਜਿਹੜੀ ਆ ਲਾਹੌਰ ਕਦੋਂ ਆਈ ਸੀਗੀ ਪਹਿਲੀ ਆਪਸ਼ਨ ਹੈ 1911 ਦੂਜੀ ਆਪਸ਼ਨ ਹੈ 1913 ਤੀਜੀ অপਸ਼ਨ ਹੈ 1910 ਚੌਥੀ অপਸ਼ਨ ਹੈ 1915 ਉਹਨ ਦੇਖੋ ਜਿਹੜੀ ਨੋਰਾ ਰੀਚਰਡਸ ਹੈ ਉਸ ਨੂੰ ਪੰਜਾਬੀ ਨਾਟਕ ਦੀ ਨੱਕੜ ਦਾਦੀ ਵੀ ਕਿਹਾ ਜਾਂਦਾ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਲਗਭਗ ਪਤਾ ਹੈ ਕਿ ਨੱਕੜ ਦਾਦੀ ਕੌਣ ਹੈ ਪੰਜਾਬੀ ਨਾਟਕ ਦੀ ਨੋਰਾ ਰੀਚਰਡ ਹੈ ਪਰੰਤੂ ਇੱਥੇ ਮੈਂ ਤੁਹਾਨੂੰ ਦੱਸ ਦਿਆਂ 1911 ਵਿੱਚ ਇਹ ਲਾਹੌਰ ਵਿੱਚ ਆਉਂਦੀ ਹੈ ਕਿਉਂਕਿ ਲਾਹੌਰ ਵਿੱਚ ਜਿਹੜੇ ਹੈ ਨੋਰਾ ਰੀਚਰਡ ਦੇ ਪਤੀ ਜਿਹੜੇ ਸੀਗੇ ਨੋਰਾ ਰਿਚਰਡ ਦੇ ਪਤੀ ਜਿਹੜੇ ਸੀਗੇ ਦਿਆਲ ਸਿੰਘ ਦਿਆਲ ਸਿੰਘ ਜਿਹੜਾ ਕਾਲਜ ਸੀਗਾ ਉੱਥੇ ਇਹਨਾਂ ਦੇ ਜਿਹੜੇ ਪਤੀ ਸੀਗੇ ਉਹ ਪ੍ਰੋਫੈਸਰ ਲੱਗੇ ਹੋਏ ਸੀਗੇ ਤੇ 1913 ਵਿੱਚ ਜਿਹੜੀ ਹੈ ਨੋਰਾ ਰਿਚਰਡ ਦੀ ਜਿਹੜੀ ਮੁਲਾਕਾਤ ਹੁੰਦੀ ਹੈ ਉਹ ਆਈਸੀ ਨੰਦਾ ਨਾਲ ਹੁੰਦੀ ਹੈ ਆਈਸੀ ਨੰਦਾ ਨਾਲ ਜਿਹੜੀ ਹੈ ਮੁਲਾਕਾਤ ਹੁੰਦੀ ਹੈ ਨੋਰਾ ਰਿਚਰਡ ਦੀ ਜੋ ਕਿ ਇਸ ਕਾਲਜ ਵਿੱਚ ਰਹਿ ਕੇ ਇਸ ਇਲਾਕੇ ਵਿੱਚ ਰਹਿ ਕੇ ਜਿਹੜਾ ਹੈ ਪੰਜਾਬੀ ਲੇਖਕਾਂ ਨੂੰ ਜਿਹੜਾ ਹੈ ਪੰਜਾਬੀ ਦੇ ਲੋਕਾਂ ਨੂੰ ਜਿਹੜਾ ਹੈ ਨਾਟਕ ਲਿਖਣ ਲਈ ਪ੍ਰੇਰਿਤ ਕਰਦੀ ਹੈ ਤੇ ਆਈਸੀ ਨੰਦਾ ਜਿਹੜਾ ਸੀਗਾ ਉਹਨਾਂ ਵਿੱਚੋਂ ਇੱਕ ਜਿਹੜਾ ਹੈ ਲੇਖਕ ਹੋ ਕੇ ਉੱਭਰਦਾ ਹੈ ਤੇ ਨਾਟਕ ਲਿਖਦਾ ਹੈ ਤੇ 1913 ਵਿੱਚ ਹੀ ਜਿਹੜਾ ਹੈ ਪਹਿਲਾ ਨਾਟਕ ਜਿਹੜਾ ਹੈ ਇਕਾਂਗੀ ਜਿਹਨੂੰ ਆਪਾਂ ਕਹਿ ਦਿੰਨੇ ਹਾਂ ਦੁਲਹਨ ਦੁਲਹਨ ਜਿਹਨੂੰ ਆਪਾਂ ਕਹਿ ਦਿੰਨੇ ਹਾਂ ਸੁਹਾਗ ਉਸਦਾ ਦੂਸਰਾ ਨਾਮ ਹੈ ਉਸ ਇਕਾਂਗੀ ਨੂੰ ਜਿਹੜਾ ਹੈ ਨਾਟਕ ਨੂੰ ਪਹਿਲੀ ਵਾਰੀ ਰੰਗਮੰਚ ਉੱਤੇ ਖੇਡਿਆ ਗਿਆ ਸੀ ਪਹਿਲੀ ਵਾਰੀ ਉਸ ਨੂੰ ਲਿਖਿਆ ਸੀਗਾ ਆਈਸੀ ਨੰਦਾ ਨੇ ਪਰੰਤੂ ਜੋ ਆਪਣੇ ਕੋਲ ਇੱਥੇ ਪ੍ਰਸ਼ਨ ਪੁੱਛਿਆ ਗਿਆ ਹੈ ਨੋਰਾ ਰਿਚਰਡਸ ਲੋਹੌਰ ਕਦੋਂ ਆਈ ਤਾਂ 1911 ਇਸ ਦਾ ਰਾਈਟ ਆਨਸਰ ਆਏਗਾ ਏ ਆਪਸ਼ਨ ਜੇਕਰ ਪ੍ਰਸ਼ਨ ਪੁੱਛਿਆ ਜਾਏ ਕਿ ਨੋਰਾ ਰਿਚਰਡ ਜੀ ਨੰਦਾ ਨਾਲ ਮੁਲਾਕਾਤ ਕਦੋਂ ਹੋਈ ਤਾਂ 1913 ਵਿੱਚ ਹੋਈ ਸੀਗੀ ਇਸ ਤੋਂ ਇਲਾਵਾ ਜੇਕਰ ਤੁਸੀਂ ਔਨਲਾਈਨ ਕੋਚਿੰਗ ਲੈਣਾ ਚਾਹੁੰਦੇ ਹੋ ਈਟੀਟੀ ਦੀ ਪੋਸਟਾਂ ਨਾਲ ਸੰਬੰਧਿਤ 5994 ਮਾਸਟਰ ਮਿਸਟਰਸ ਕੈਟਰ ਦੇ ਜਿਹੜੇ ਹੈ ਪੰਜਾਬੀ ਐਸਐਸਟੀ ਹਿੰਦੀ 4161 ਫੋਰਸਾ ਜਿਹੜੇ ਨਿਕਲੇ ਹਨ ਕੁੱਲ ਵੈਕੈਂਸੀਜ਼ ਪੀਟੀਆਈ ਦੀ ਜੋ 2000 ਪੋਸਟ ਅਪਕਮਿੰਗ ਵੈਕੈਂਸੀ ਹੈ ਆਰਟ ਐਂਡ ਕraft ਦੀ ਜੋ 2500 ਪੋਸਟਾਂ ਨਿਕਲੀਆਂ ਹਨ ਉਸ ਦੇ ਨਾਲ ਸੰਬੰਧੀ ਜੇਕਰ ਤੁਸੀਂ ਆਨਲਾਈਨ ਕੋਚਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਸਾਡੀ ਟੈਟ ਬਜ਼ਰ ਜਿਹੜੀ ਐਪ ਹੈ ਉਸ ਨੂੰ Google Play Store ਤੋਂ ਇੰਸਟਾਲ ਕਰਕੇ ਉਸ ਤੋਂ ਬਾਅਦ ਡੈਮੋ ਦੇਖ ਕੇ ਜਿਹੜਾ ਤੁਸੀਂ ਜੁਆਇਨ ਕਰ ਸਕਦੇ ਹੋ ਇਸ ਨੰਬਰ ਤੇ ਜਿਹੜਾ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਅੱਗੇ ਆ ਜੀ ਇਸ ਤੋਂ ਇਲਾਵਾ ਤੁਸੀਂ ਜੇਕਰ ਸਾਡੇ ਫ੍ਰੀ WhatsApp ਗਰੁੱਪ ਦਾ ਵੀ ਹਿੱਸਾ ਬਣਨਾ ਚਾਹੁੰਦੇ ਹੋ ਆਪਣਾ ਨੇਮ ਟਾਈਪ ਕਰੋ ਜਿਸ ਪੇਪਰ ਦੀ ਤੁਸੀਂ ਤਿਆਰੀ ਕਰ ਰਹੇ ਹੋ ਉਸ ਨੂੰ ਟਾਈਪ ਕਰੋ ਜਿਸ ਪਿੰਡ ਜਾਂ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਉਸ ਨੂੰ ਟਾਈਪ ਕਰੋ ਆਪਣਾ ਜੈਂਡਰ ਟਾਈਪ ਕਰੋ ਤੇ ਸਾਨੂੰ ਜਿਹੜਾ ਹੈ ਤੁਸੀਂ ਇਸ ਨੰਬਰ ਤੇ ਮੈਸੇਜ ਕਰੋ ਜਿਸ ਨਾਲ ਤੁਹਾਨੂੰ ਜਿਹੜਾ ਹੈ ਸਾਡੇ ਫ੍ਰੀ ਵਟਸਐਪ ਗਰੁੱਪ ਦਾ ਹਿੱਸਾ ਬਣਾ ਲਿਆ ਜਾਊਗਾ ਤਾਂ ਜੋ ਸਮੇਂ-ਸਮੇਂ ਤੇ ਜੋ ਵੀ ਲੇਟੈਸਟ ਇਨਫੋਰਮੇਸ਼ਨਸ ਹੁੰਦੀਆਂ ਹਨ ਉਹ ਤੁਹਾਨੂੰ ਮਿਲਦੀਆਂ ਰਹਿਣ ਅੱਗੇ ਹੈ ਜੀ ਪ੍ਰਸ਼ਨ ਨੰਬਰ 13 ਕੁਲਵੰਤ ਸਿੰਘ ਵਿਰਕ ਨੇ ਛਾ ਵੇਲਾ ਕਹਾਣੀ ਕਿਸ ਤੋਂ ਪ੍ਰਭਾਵਿਤ ਹੋ ਕੇ ਲਿਖੀ ਸੀਗੀ ਤਾਂ ਪਹਿਲੀ ਆਪਸ਼ਨ ਹੈ ਸੁਜਾਨ ਸਿੰਘ ਸੈਕਿੰਡ ਆਪਸ਼ਨ ਹੈ ਸੰਤ ਸਿੰਘ ਸੇਖੋ ਤੀਜੀ ਆਪਸ਼ਨ ਹੈ ਆਪਣੇ ਕੋਲ ਸੰਤੋਖ ਸਿੰਘ ਦੀਰ ਚੌਥੀ ਆਪਸ਼ਨ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਤੇ ਇਹ ਜਿਹੜੀ ਛਾ ਵੇਲਾ ਇਕਾਂਗੀ ਦੀ ਗੱਲ ਕੀਤੀ ਗਈ ਹੈ ਇੱਥੇ ਤਾਂ ਇਹ ਜਿਹੜੀ ਇਹਨਾਂ ਨੇ ਕਹਾਣੀ ਲਿਖੀ ਸੀ ਸੰਤ ਸਿੰਘ ਸੇਖੋ ਜੀ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਇਹ ਵਾਲੀ ਕਹਾਣੀ ਲਿਖੀ ਸੀਗੀ ਸੰਤ ਸਿੰਘ ਸੇਖੋ ਇਹ ਕਹਾਣੀ ਸੰਗਰਾਜ ਜਿਹੜਾ ਸੀਗਾ ਇਹਨਾਂ ਦਾ 1950 ਵਿੱਚ ਆਉਂਦਾ ਹੈ ਤੇ ਸੰਤ ਸਿੰਘ ਦੀ ਸੇਖੋ ਦੀ ਜਿਹੜੀ ਬੱਤਾ ਕਹਾਣੀ ਹੈ ਬੱਤਾ ਕਹਾਣੀ ਉਸ ਦੇ ਨਾਲ ਜਿਹੜੀ ਹੈ ਮਿਲਦੀ ਜੁਲਦੀ ਕਹਾਣੀ ਹੈ ਉਸ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਇਹਨਾਂ ਨੇ ਇਹ ਕਹਾਣੀ ਲਿਖੀ ਸੀ ਛਾਵਿਲਾ ਤਾਂ B ਆਪਸ਼ਨ ਜਿਹੜਾ ਹੈ ਆਪਣਾ ਇੱਥੇ ਰਾਈਟ ਆਨਸਰ ਆਏਗਾ ਕੁਲਵੰਤ ਸਿੰਘ ਵਿਰਕਜੀ ਦਾ ਅੱਗੇ ਆ ਜੀ ਪ੍ਰਸ਼ਨ ਨੰਬਰ 14 ਪਾਦਰੀ ਨਿਊਟਨ ਦੀ ਸੰਗਤ ਸਦਕਾ ਕਿਸ ਨੇ ਲਿਖਣਾ ਸ਼ੁਰੂ ਕੀਤਾ ਪਾਦਰੀ ਨਿਊਟਨ ਪਹਿਲੀ ਆਪਸ਼ਨ ਹੈ ਬਲਰਾਜ ਸਾਨੀ ਸੈਕਿੰਡ ਆਪਸ਼ਨ ਹੈ ਬਿਹਾਰੀ لال ਪੁਰੀ ਤੀਜੀ ਆਪਸ਼ਨ ਹੈ ਸ਼ਰਧਾਰਾਮ ਫਲੋਰੀ ਤੇ ਚੌਥੀ ਆਪਸ਼ਨ ਹੈ ਆਪਣੇ ਕੋਲ ਲਾਲ ਸਿੰਘ ਕਮਲਾ ਅਕਾਲੀ ਤਾਂ ਜਿਹੜਾ ਪਾਦਰੀ ਨਿਊਟਨ ਸੀਗਾ ਉਹਦੀ ਜਿਹੜੀ ਸੰਗਤ ਸਦਕਾ ਸ਼ਰਧਾਰਾਮ ਫਲੋਰੀ ਜਿਹੜਾ ਹੈ ਲਿਖਦਾ ਹੈ ਸੀ ਆਪਸ਼ਨ ਜਿਹੜਾ ਹੈ ਇੱਥੇ ਆਪਣਾ ਰਾਈਟ ਆਨਸਰ ਹੋਵੇਗਾ ਸ਼ਰਦਾ ਰਾਮ ਫਲੋਰੀ ਦੀ ਦੋ ਪੁਸਤਕਾਂ ਮਿਲਦੀਆਂ ਨੇ ਪੰਜਾਬੀ ਬਾਤਚੀਤ ਪੰਜਾਬੀ ਬਾਤਚੀਤ ਤੇ ਸਿੱਖ ਰਾਜ ਦੀ ਵਿਥਿਆ ਸਿੱਖਾਂ ਦੇ ਰਾਜ ਦੀ ਵਿਥਿਆ ਠੀਕ ਹੈ ਜੀ ਇਹ ਪੁਸਤਕਾਂ ਜਿਹੜੀਆਂ ਇਹਨਾਂ ਨੇ ਲਿਖੀਆਂ ਸੀਗੀਆਂ ਇਹ ਇਹਨਾਂ ਨੇ ਅੰਗਰੇਜ਼ਾਂ ਨੂੰ ਖੁਸ਼ ਕਰਨ ਲਈ ਲਿਖੀਆਂ ਸੀਗੀਆਂ ਅੱਗੇ ਹੈ ਜੀ ਹਾਸੇ ਤੇ ਹਾਦਸੇ ਪੁਸਤਕ ਕਿਸ ਦੀ ਰਚਨਾ ਹੈ ਹਾਸੇ ਤੇ ਹਾਦਸੇ ਪਹਿਲੀ ਆਪਸ਼ਨ ਹੈ ਸਰਦਾਰ ਕਪੂਰ ਸਿੰਘ ਜੀ ਦੂਜੀ ਆਪਸ਼ਨ ਹੈ ਟੀ ਆਰ ਸ਼ਰਮਾ ਤੀਜੀ ਆਪਸ਼ਨ ਹੈ ਬਲਬੀਰ ਸਿੰਘ ਚੌਥੀ ਆਪਸ਼ਨ ਹੈ ਸੁਭਾ ਸਿੰਘ ਤਾਂ ਜਿਹੜੀ ਇਹ ਵਾਲੀ ਪੁਸਤਕ ਸੀ ਇਹਨਾਂ ਦੀ ਇਹ ਸੁਭਾ ਸਿੰਘ ਨੇ ਲਿਖੀ ਸੀਗੀ ਹਾਸੇ ਤੇ ਹਾਦਸੇ ਡੀ ਆਪਸ਼ਨ ਜਿਹੜਾ ਹੈ ਇੱਥੇ ਆਪਣਾ ਰਾਈਟ ਆਨਸਰ ਆਏਗਾ ਅੱਗੇ ਆ ਜੀ ਬਲਵੰਤ ਗਾਰਗੀ ਦੇ ਨਾਟਕ ਕਣਕ ਦੀ ਬੱਲੀ ਦੇ ਕਿੰਨੇ ਸੰਸਮਰਨ ਛਪ ਚੁੱਕੇ ਹਨ ਮੋਸਟ ਇੰਪੋਰਟੈਂਟ ਕੁਸਚਨ ਹੈ ਕਣਕ ਦੀ ਬੱਲੀ ਜਿਹੜਾ ਹੈ ਇਸ ਦਾ ਨਾਟਕ ਸੀਗਾ ਬਲਵੰਤ ਗਾਰਗੀ ਜੀ ਦਾ ਪਹਿਲੀ ਆਪਸ਼ਨ ਹੈ 2 ਦੂਜੀ ਆਪਸ਼ਨ ਹੈ 5 ਤੀਜੀ ਆਪਸ਼ਨ ਹੈ 3 ਚੌਥੀ ਆਪਸ਼ਨ ਹੈ 1 ਤਾਂ ਜਿਹੜੇ ਇਹਨਾਂ ਦੇ ਇਸ ਨਾਟਕ ਦੇ ਜਿਹੜੇ ਹਨ ਤਿੰਨ ਸੰਸਮਰਨ ਜਿਹੜੇ ਹਨ ਹੁਣ ਤੱਕ ਛਪ ਚੁੱਕੇ ਹਨ ਤਾਂ ਸੀ ਆਪਸ਼ਨ ਜਿਹੜਾ ਹੈ ਇੱਥੇ ਇਸ ਦਾ ਰਾਈਟ ਆਨਸਰ ਆਏਗਾ ਅੱਗੇ ਜੀ ਦਲੀਪ ਕੋਲ ਟਿਵਾਣਾ ਦਾ ਪਹਿਲਾ ਕਹਾਣੀ ਸੰਗ੍ਰਹਿ ਪ੍ਰਬਲ ਵਹਿਣ ਕਦੋਂ ਪ੍ਰਕਾਸ਼ਿਤ ਹੋਇਆ ਪ੍ਰਬਲ ਵਹਿਣ ਜਿਹੜਾ ਕਦੋਂ ਪ੍ਰਕਾਸ਼ਿਤ ਹੋਇਆ 1956 ਵਿੱਚ 1954 ਵਿੱਚ 1958 ਵਿੱਚ ਤੇ 1957 ਵਿੱਚ ਚਾਰ ਆਪਸ਼ਨਾਂ ਨੇ ਆਪਣੇ ਕੋਲ ਤਾਂ ਜਿਹੜਾ ਇਹਨਾਂ ਦਾ ਇਹ ਵਾਲਾ ਕਹਾਣੀ ਸੰਗ੍ਰਹਿ ਸੀਗਾ ਪ੍ਰਬਲ 1954 ਵਿੱਚ ਪ੍ਰਕਾਸ਼ਿਤ ਹੁੰਦਾ ਹੈ ਤਾਂ ਬੀ ਆਪਸ਼ਨ ਜਿਹੜਾ ਹੈ ਇੱਥੇ ਆਪਣਾ ਰਾਈਟ ਆਨਸਰ ਆਏਗਾ ਅੱਗੇ ਆ ਜੀ ਪ੍ਰਸ਼ਨ ਨੰਬਰ 18 ਜੋ ਕਿ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਸ੍ਰਿਸ਼ਟੀ ਦੇ ਸਭ ਜੀਵ ਪ੍ਰਭੂ ਦੀ ਨਜ਼ਰ ਵਿੱਚ ਬਰਾਬਰ ਹਨ ਜਾਨੀ ਕਿ ਜਿਹੜੇ ਇਸ ਸੰਸਾਰ ਵਿੱਚ ਸਾਰੇ ਜੀਵ ਨੇ ਉਹ ਪ੍ਰਭੂ ਦੀ ਨਜ਼ਰ ਵਿੱਚ ਬਰਾਬਰ ਹਨ ਬਾਈ ਗੁਰਦਾਸ ਦੀ ਕਿਸ ਵਾਰ ਵਿੱਚ ਇਹ ਕਿਹਾ ਗਿਆ ਹੈ ਤਾਂ ਆਪਾਂ ਨੂੰ ਪਤਾ ਹੈ ਬਾਈ ਗੁਰਦਾਸ ਜੀ ਨੇ 39 ਵਾਰਾਂ ਦੀ ਰਚਨਾ ਕੀਤੀ ਸੀਗੀ ਤੇ ਹਰ ਵਾਰ ਵਿੱਚ ਜਿਹੜਾ ਹੈ ਇਹਨਾਂ ਨੇ ਕੋਈ ਨਾ ਕੋਈ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਪਹਿਲੀ ਆਪਸ਼ਨ ਹੈ ਆਪਣੇ ਕੋਲ ਚੌਥੀ ਤੇ 23ਵੀਂ ਵਾਰ ਦੂਜੀ ਆਪਸ਼ਨ ਜਿਹੜੀ ਹੈ ਆਪਣੇ ਕੋਲ 6ਵੀਂ ਤੇ 12ਵੀਂ ਵਾਰ ਤੀਜੀ ਆਪਸ਼ਨ ਹੈ 5ਵੀਂ ਤੇ 11ਵੀਂ ਵਾਰ ਤੇ ਡੀ ਆਪਸ਼ਨ ਹੈ ਇੰਨਾ ਵਿੱਚੋਂ ਕੋਈ ਵੀ ਨਹੀਂ ਤਾਂ ਜਿਹੜਾ ਇਹਨਾਂ ਨੇ ਇਹ ਸੰਦੇਸ਼ ਦਿੱਤਾ ਹੈ ਸ੍ਰਿਸ਼ਟੀ ਦੇ ਸਭ ਜੀਵ ਜਿਹੜੇ ਪ੍ਰਭੂ ਦੀ ਨਜ਼ਰ ਵਿੱਚ ਪਰਮਾਤਮਾ ਦੀ ਨਜ਼ਰ ਵਿੱਚ ਸਭ ਬਰਾਬਰ ਹਨ ਤਾਂ ਇਸ ਦਾ ਸਹੀ ਆਨਸਰ ਜੁਆਏਗਾ ਆਪਣੇ ਕੋਲ ਉਹ ਆਏਗਾ ਜੀ ਏ ਆਪਸ਼ਨ ਚੌਥੀ ਤੇ ਤੈਵੀਂ ਵਾਰ ਵਿੱਚ ਅੱਗੇ ਆ ਜੀ ਸੀਬੋ ਤੇ ਪ੍ਰੀਤੂ ਕਿਸ ਕਹਾਣੀ ਦੇ ਪਾਤਰ ਹਨ ਪਿਛਲੇ ਜਿਹੜਾ ਮਾਸਟਰ ਕਾਡਰ ਆਪਣਾ ਹੋਇਆ ਹੈ ਉਸ ਵਿੱਚ ਜਿਹੜਾ ਹੈ ਆਪਾਂ ਨੂੰ ਦੋ ਪ੍ਰਸ਼ਨ ਆਏ ਸੀਗੇ ਠੀਕ ਹੈ ਜੀ ਉਹਦੇ ਵਿੱਚ ਆਪਣੇ ਕੋਲ ਕਹਾਣੀਆਂ ਦੇ ਪਾਤਰ ਪੁੱਛੇ ਗਏ ਸੀਗੇ ਤਾਂ ਉਸ ਨੂੰ ਧਿਆਨ ਵਿੱਚ ਰੱਖਦੇ ਤੁਹਾਡੇ ਲਈ ਇਹੋ ਜਿਹਾ ਐਮਸੀਕਿਊਜ਼ ਤਿਆਰ ਕੀਤੇ ਗਏ ਹਨ ਸੀਬੋ ਤੇ ਪ੍ਰੀਤੂ ਕਿਸ ਕਹਾਣੀ ਦੇ ਪਾਤਰ ਹਨ ਸਦਰਾਂ ਦੇ ਬੇਰ ਪਾਰਲਾ ਪਾਸਾ ਪਛਤਾਵਾ ਜੱਗੇ ਦਾ ਖੂ ਤਾਂ ਇਸ ਦਾ ਜੋ ਸਹੀ ਆਨਸਰ ਆਏਗਾ ਆਪਣੇ ਕੋਲ ਉਹ ਆਏਗਾ ਜੀ ਏ ਆਪਸ਼ਨ ਸਦਰਾਂ ਦੇ ਬੇਰ ਜੋ ਕਿ ਨਾਨਕ ਸਿੰਘ ਦੀ ਕਹਾਣੀ ਹੈ ਉਸ ਦੇ ਇਹ ਪਾਤਰ ਹਨ ਸਦਰਾਂ ਦੇ ਬੇਰ ਦੇ ਸਿਬੋ ਅਤੇ ਪ੍ਰੀਤੋ ਤਾਂ ਇਹ ਆਪਸ਼ਨ ਜਿਹੜਾ ਹੈ ਇੱਥੇ ਆਪਣਾ ਰਾਈਟ ਆਨਸਰ ਆਏਗਾ ਜੀ ਅੱਗੇ ਆ ਜੀ ਸਲਾਨੀ ਦੇਸ਼ ਮਗਤ ਵਿੱਚ ਕਿੰਨੀਆਂ ਰਚਨਾਵਾਂ ਸ਼ਾਮਿਲ ਹਨ ਹੁਣ ਸਲਾਨੀ ਦੇਸ਼ ਮਗਤ ਜਿਹੜੀ ਰਚਨਾ ਹੈ ਉਹ ਲਾਲ ਸਿੰਘ ਕਮਲਾ ਕਾਲੀ ਦੀ ਰਚਨਾ ਹੈ ਲਾਲ ਸਿੰਘ ਕਮਲਾ ਅਕਾਲੀ ਦੀ ਠੀਕ ਹੈ ਜੀ ਤਾਂ ਇਸ ਵਿੱਚ ਆਪਾਂ ਨੇ ਦੱਸਣਾ ਹੈ ਕਿ ਕਿੰਨੀਆਂ ਰਚਨਾਵਾਂ ਸ਼ਾਮਿਲ ਨੇ 14 18 21 ਜਾਂ ਫਿਰ 17 ਤਾਂ ਇਸ ਕੁਸਚਨ ਦਾ ਜਿਹੜਾ ਸਹੀ ਆਨਸਰ ਆਏਗਾ ਆਪਣੇ ਕੋਲ ਉਹ ਆਏਗਾ ਜੀ ਏ অপਸ਼ਨ 14 ਰਚਨਾਵਾਂ ਜਿਹੜੀਆਂ ਹਨ ਸ਼ਾਮਿਲ ਕੀਤੀਆਂ ਗਈਆਂ ਹਨ ਸਲਾਨੀ ਦੇਸ਼ ਭਗਤ ਵਿੱਚ ਲਾਲ ਸਿੰਘ ਕਮਲਾ ਕਾਲੀ ਦੀ ਇਹ ਜਿਹੜੀ ਹੈ ਬਹੁਤ ਚਰਚਿਤ ਪੁਸਤਕ ਹੈ ਜਿਸ ਵਿੱਚ ਜਿਹੜਾ ਹੈ ਇਹਨਾਂ ਨੇ ਜਪਾਨ ਦੀ ਜੋ ਯਾਤਰਾ ਕੀਤੀ ਸੀਗੀ ਉੱਥੋਂ ਦਾ ਜੋ ਕਲਚਰ ਹੈ ਉਸ ਨੂੰ ਜਿਹੜਾ ਹੈ ਬਿਆਨ ਕਰਦੇ ਹਨ ਅੱਗੇ ਆ ਜੀ ਨਵੰਬਰ 84 ਕਹਾਣੀ ਸੰਗ੍ਰਹਿ ਕਿਸ ਦੀ ਰਚਨਾ ਹੈ ਨਵੰਬਰ 84 ਗੁਰਮukh ਸਿੰਘ ਮੁਸਾਫਿਰ ਵਰਿਆਮ ਸਿੰਘ ਸੰਧੂ ਅਜੀਤ ਕੋਰ ਸੁਜਾਨ ਸਿੰਘ ਤਾਂ ਜਿਹੜੀ ਇਹ ਵਾਲੀ ਕਹਾਣੀ ਹੈ ਨਵੰਬਰ 84 ਜਿਹੜੀ ਲਿਖੀ ਗਈ ਸੀ ਇਹ ਅਜੀਤ ਕੋਰ ਜਿਹੜੀ ਪੰਜਾਬੀ ਦੀ ਇਸਤਰੀ ਲੇਖਿਕਾ ਹੈ ਉਸ ਦੇ ਦੁਆਰਾ ਲਿਖਿਆ ਗਿਆ ਸੀਗਾ ਇਸ ਨੂੰ ਤਾਂ ਇਸ ਦਾ ਜੋ ਸਹੀ ਆਨਸਰ ਆਏਗਾ ਆਪਣੇ ਕੋਲ ਉਹ ਆਏਗਾ ਜੀ ਸੀ ਆਪਸ਼ਨ ਅਜੀਤ ਕੌਰ ਦੀ ਇਹ ਕਹਾਣੀ ਹੈ ਅੱਗੇ ਆ ਜੀ ਸ਼ਹਿਰ ਤੇ ਗ੍ਰਾਂ ਕਹਾਣੀ ਸੰਗ੍ਰਹਿ ਵਿੱਚ ਕੁੱਲ ਕਿੰਨੀਆਂ ਕਹਾਣੀਆਂ ਸ਼ਾਮਿਲ ਹਨ ਹੁਣ ਜਿਹੜੀ ਸ਼ਹਿਰ ਤੇ ਗ੍ਰਾਂ ਕਹਾਣੀ ਹੈ ਸੰਗ੍ਰਹਿ ਹੈ ਇਹ ਸੁਜਾਨ ਸਿੰਘ ਦਾ ਕਹਾਣੀ ਸੰਗ੍ਰਹਿ ਹੈ ਕਿਸ ਦਾ ਕਹਾਣੀ ਸੰਗ੍ਰਹਿ ਹੈ ਸੁਜਾਨ ਸਿੰਘ ਦਾ ਇਸ ਨੂੰ ਜਿਹੜਾ ਹੈ 1986 ਵਿੱਚ ਭਾਰਤੀ ਸਾਹਿਤ ਅਕਾਦਮੀ ਅਵਾਰਡ ਵੀ ਮਿਲਿਆ ਹੈ ਠੀਕ ਹੈ ਜੀ ਪ੍ਰਸ਼ਨ ਕੀ ਪੁੱਛਿਆ ਗਿਆ ਆਪਣੇ ਕੋਲੋਂ ਕਿ ਕੁੱਲ ਕਿੰਨੀਆਂ ਕਹਾਣੀਆਂ ਜਿਹੜੀਆਂ ਹਨ ਇਸ ਵਿੱਚ ਸ਼ਾਮਿਲ ਹਨ ਪਹਿਲੀ ਆਪਸ਼ਨ ਹੈ ਆਪਣੇ ਕੋਲ 8 ਦੂਜੀ ਆਪਸ਼ਨ ਹੈ 13 ਤੀਜੀ ਆਪਸ਼ਨ ਹੈ ਆਪਣੇ ਕੋਲ 11 ਚੌਥੀ ਆਪਸ਼ਨ ਹੈ 10 ਤਾਂ ਇਸ ਕਹਾਣੀ ਸੰਗ੍ਰਹਿ ਵਿੱਚ ਟੋਟਲ ਜਿਹੜੀਆਂ ਹਨ 13 ਕਹਾਣੀਆਂ ਸ਼ਾਮਿਲ ਹਨ ਤਾਂ B ਆਪਸ਼ਨ ਜਿਹੜਾ ਹੈ ਇੱਥੇ ਆਪਣਾ ਸਹੀ ਉੱਤਰ ਹੈ ਅੱਗੇ ਆ ਜੀ ਪ੍ਰਸ਼ਨ ਨੰਬਰ 23 ਕਿੱਸਾ ਕਾਵ ਵਿੱਚੋਂ ਦਮੋਦਰ ਦੇ ਕਿੱਸੇ ਅਨੁਸਾਰ ਰਾਂਝਾ ਆਪਣੇ ਭਰਾਵਾਂ ਵੱਲੋਂ ਹੋਏ ਦੁਰਵਿਵਹਾਰ ਦੁਰਵਿਵਹਾਰ ਲਿਖਿਆ ਗਿਆ ਤੇ ਦੁਰਵਿਵਹਾਰ ਤੋਂ ਪਿੱਛੋ ਕਿਸ ਦਰਿਆ ਦੇ ਕੰਡੇ ਪੁੱਜਦਾ ਹੈ ਤਾਂ ਕਿਹੜੇ ਦਰਿਆ ਦੇ ਕੰਡੇ ਪੁੱਜਦਾ ਹੈ ਪਹਿਲੀ ਆਪਸ਼ਨ ਹੈ ਰਾਵੀ ਦੂਜੀ ਆਪਸ਼ਨ ਹੈ ਚਨਾ ਤੀਜੀ ਆਪਸ਼ਨ ਹੈ ਚਨਾਬ ਚੌਥੀ ਆਪਸ਼ਨ ਹੈ ਜੇਲਮ ਤਾਂ ਜਦੋਂ ਆਪਾਂ ਕਿੱਸਾ ਪੜ੍ਹਦੇ ਹਾਂ ਤਾਂ ਕਿੱਸੇ ਵਿੱਚ ਆਪਾਂ ਨੂੰ ਮਿਲਦਾ ਹੈ ਕਿ ਰਾਂਝਾ ਜਿਹੜਾ ਹੈ ਖੂਬਸੂਰਤ ਹੁੰਦਾ ਹੈ ਪਰੰਤੂ ਜਿਹੜੀਆਂ ਉਸ ਦੀਆਂ ਪਾਪੀਆਂ ਹਨ ਉਸ ਦੇ ਮਾਪੇ ਦੀ ਮੌਤ ਤੋਂ ਬਾਅਦ ਜਿਹੜਾ ਉਸ ਨੂੰ ਘਰ ਵਿੱਚੋਂ ਬੇਦਖਲ ਕਰਾ ਦਿੰਦੇ ਨੇ ਆਪਣੇ ਭਰਾਵਾਂ ਨਾਲs ਦੀ ਲੜਾਈ ਕਰਵਾ ਦਿੰਦੀਆਂ ਹਨ ਤਾਂ ਜਿਸ ਤੋਂ ਜਿਹੜਾ ਹੈ ਦੁਖੀ ਹੋ ਕੇ ਰਾਂਝਾ ਜਿਹੜਾ ਹੈ ਘਰਬਾਰ ਛੱਡ ਕੇ ਚਲਾ ਜਾਂਦਾ ਹੈ ਤਾਂ ਕਿਹੜੇ ਦਰਿਆ ਦੇ ਕੰਡੇ ਤੇ ਪੁੱਜਦਾ ਹੈ ਤਾਂ ਚਨਾਅ ਦਰਿਆ ਦੇ ਕੰਡੇ ਤੇ ਇਹ ਪੁੱਜਦਾ ਹੈ ਤਾਂ B ਆਪਸ਼ਨ ਜਿਹੜਾ ਹੈ ਇੱਥੇ ਆਪਣਾ ਸਹੀ ਅਨਸਰ ਆਏਗਾ ਜੀ ਅੱਗੇ ਆ ਜੀ ਪ੍ਰਸ਼ਨ ਨੰਬਰ 24 ਜੋ ਕਿ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ ਰਾਂਝੇ ਦੇ ਚਰਖੇ ਦੇ ਪ੍ਰਤੀਕ ਦੀ ਪਹਿਲੀ ਵਰਤੋਂ ਪਹਿਲੀ ਵਾਰ ਕਿਸ ਨੇ ਕੀਤੀ ਸੀਗੀ ਬਾਬਾ ਫਰੀਦ ਜੀ ਨੇ ਸ਼ਾਹ ਹੁਸੈਨ ਜੀ ਨੇ ਬੁੱਲੇ ਸ਼ਾਹ ਜੀ ਨੇ ਜਾਂ ਫਿਰ ਵਜੀਦ ਨੇ ਤਾਂ ਜਿਹੜੀ ਪਹਿਲੀ ਵਾਰੀ ਚਰਖੇ ਪ੍ਰਤੀਕ ਦੀ ਵਰਤੋਂ ਕੀਤੀ ਸੀਗੀ ਉਸ ਦਾ ਜੋ ਸਹੀ ਆਨਸਰ ਆਏਗਾ ਉਹ ਆਏਗਾ ਜੀ ਸ਼ਾਹ ਹੁਸੈਨ ਜੀ ਨੇ ਜੇਕਰ ਆਪਾਂ ਸ਼ਾਹ ਹੁਸੈਨ ਦੇ ਜੀਵਨ ਦੀ ਗੱਲ ਕਰੀਏ ਤਾਂ 1539 ਤੋਂ ਲੈ ਕੇ 1593 ਈਸਵੀ ਤੱਕ ਇਹਨਾਂ ਦਾ ਜੀਵਨ ਕਾਲ ਚੱਲਦਾ ਹੈ 16ਵੀਂ ਸਦੀ ਦੇ ਇਹ ਪ੍ਰਸਿੱਧ ਸੂਫੀ ਕਵੀ ਮੰਨੇ ਜਾਂਦੇ ਹਨ ਤਾਂ ਬੀ ਆਪਸ਼ਨ ਜਿਹੜਾ ਹੈ ਇੱਥੇ ਆਪਣਾ ਰਾਈਟ ਆਨਸਰ ਆਏਗਾ ਚਰਖੇ ਤੋਂ ਇਲਾਵਾ ਜਿਹੜੇ ਹਨ ਰਾਂਜਣ ਚਰਖੇ ਤੋਂ ਇਲਾਵਾ ਸ਼ਾਹ ਹੁਸੈਨ ਹੋਰ ਵੀ ਕਈ ਤਰ੍ਹਾਂ ਦੇ ਪ੍ਰਤੀਕ ਵਰਤਦੇ ਹਨ ਜਿਸਦੇ ਬਾਰੇ ਤੁਸੀਂ ਜਿਹੜਾ ਸਾਡੇ ਟੈਟ ਬਜ਼ਰ ਐਪ ਤੇ ਜਾ ਕੇ ਜਿਹੜਾ ਹੈ ਉਸਦੇ ਡੈਮੋਸ ਵਾਲੇ ਸੈਕਸ਼ਨ ਵਿੱਚ ਜਾ ਕੇ ਦੇਖ ਸਕਦੇ ਹੋ ਤੇ ਕੋਰਸ ਨੂੰ ਪਰਚੇਸ ਕਰ ਸਕਦੇ ਹੋ ਅੱਗੇ ਆ ਜੀ ਲਾਸਟ ਕੁਐਸਚਨ ਆਪਣਾ ਅੱਜ ਦਾ ਅਸੀਂ ਨਹੀਂ ਪੁਲਾਉਣੀ ਇਹੋ ਜਿੰਦ ਜਾਨ ਸਾਡੀ ਮੋਤੀਆਂ ਦੀ ਖਾਨ ਸਾਡੀ ਹੱਥੋਂ ਨਹੀਂ ਗੋਣੀ ਕਾਵ 17 ਕਿਸ ਕਵਿਤਾ ਵਿੱਚੋਂ ਹਨ ਵਿਸਾਖੀ ਦਾ ਮੇਲਾ ਸਾਡਾ ਮੇਲ ਪੰਜਾਬ ਪਿਆਰਾ ਬੋਲੀ ਹੈ ਪੰਜਾਬੀ ਸਾਡੀ ਤਾਂ ਇਸ ਦਾ ਜੋ ਸਹੀ ਆਨਸਰ ਆਏਗਾ ਡੀ ਆਪਸ਼ਨ ਬੋਲੀ ਹੈ ਪੰਜਾਬੀ ਸਾਡੀ ਪੁਸਤਕ ਵਿੱਚੋਂ ਇਸ ਨੂੰ ਲਿਆ ਗਿਆ ਹੈ ਡੀ ਆਪਸ਼ਨ ਜਿਹੜਾ ਹੈ ਇਸ ਦਾ ਰਾਈਟ ਆਨਸਰ ਹੋਏਗਾ ਤੁਸੀਂ ਜਿਹੜਾ ਹੈ ਇਸ ਕਵਿਤਾ ਦਾ ਲੇਖਕ ਜਿਹੜਾ ਹੈ ਤੁਸੀਂ ਇਸ ਦਾ ਜਵਾਬ ਜਿਹੜਾ ਹੈ ਸਾਨੂੰ ਕਮੈਂਟ ਬਾਕਸ ਵਿੱਚ ਦਿਓਗੇ ਕਿ ਇਸ ਕਵਿਤਾ ਦਾ ਲੇਖਕ ਕੌਣ ਹੈ ਕਵਿਤਾ ਦਾ ਲੇਖਕ ਕੌਣ ਹੈ ਤੁਸੀਂ ਇਸ ਦਾ ਜਿਹੜਾ ਉੱਤਰ ਹੈ ਸਾਨੂੰ ਕਮੈਂਟ ਬਾਕਸ ਵਿੱਚ ਦਿਓਗੇ ਕਿਸ ਨੇ ਇਹ ਕਵਿਤਾ ਲਿਖੀ ਹੋਈ ਹੈ ਤਾਂ ਇਹ ਸੀਗੇ ਜੀ 25 ਐਮਸੀਕਿਊਸ ਇਸ ਤੋਂ ਇਲਾਵਾ ਤੁਸੀਂ ਜਿਹੜਾ ਹੈ ਸਾਨੂੰ ਜਿਹੜਾ ਟੈਲੀਗ੍ਰam ਚੈਨਲ ਹੈ ਟੈਟ ਬੱਜ਼ਰ ਨਾਮ ਤੋਂ ਉਸ ਨੂੰ ਵੀ ਜੁਆਇਨ ਕਰ ਸਕਦੇ ਹੋ ਤੁਸੀਂ ਸਾਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਸਕਦੇ ਹੋ ਤੁਸੀਂ ਜਿਹੜਾ ਸਾਡਾ ਫੇਸਬੁੱਕ ਪੇਜ ਹੈ ਉਸ ਨੂੰ ਵੀ ਲਾਈਕ ਕਰ ਸਕਦੇ ਹੋ ਇਸ ਤੋਂ ਇਲਾਵਾ ਜਿਹੜਾ ਸਾਡਾ YouTube ਚੈਨਲ ਹੈ ਟੈਟ ਬਜਾ ਤੁਸੀਂ ਉਸ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਜਿਹੜਾ ਬਟਨ ਹੈ ਜਰੂਰ ਪ੍ਰੈਸ ਕਰੋ ਜਿਸ ਨਾਲ ਜੋ ਵੀ ਲੇਟੈਸਟ ਵੀਡੀਓਜ਼ ਦੇ ਨੋਟੀਫਿਕੇਸ਼ਨ ਹੁੰਦੇ ਹਨ ਉਹ ਤੁਹਾਨੂੰ ਸਮੇਂ-ਸਮੇਂ ਤੇ ਮਿਲਦੇ ਰਹਿੰਦੇ ਹਨ ਤਾਂ ਇਸ ਇਹ ਸੀਗਾ ਜੀ ਸਾਥੀਓ ਅੱਜ ਦਾ ਆਪਣਾ ਮਾਸਟਰ ਕੈਟਰ ਦਾ ਡੇ 2 ਡੈਮੋ ਉਮੀਦ ਕਰਦਾ ਕਿ ਤੁਹਾਨੂੰ ਜਿਹੜਾ ਹੈ ਸੈਸ਼ਨ ਪਸੰਦ ਆਇਆ ਹੋਵੇਗਾ ਮਿਲਦੇ ਹਾਂ ਜੀ ਆਪਾਂ ਇੱਕ ਨਵੇਂ ਸੈਸ਼ਨ ਵਿੱਚ ਤਾਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ